ਪਟਿਆਲਾ 'ਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਨਿਗਮ ਨੇ ਪੁਲਿਸ ਦੀ ਮਦਦ ਦੇ ਨਾਲ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਲੱਗੀਆਂ ਛੋਟੀਆਂ ਦੁਕਾਨਾਂ ਨੂੰ ਹਟਾ ਦਿੱਤਾ ਗਿਆ। ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਦੱਸਿਆ ਜਾ ਰਿਹਾ ਬਿਨਾਂ ਕਿਸੇ ਸੂਚਨਾ ਦੇ ਨਗਰ ਨਿਗਮ ਨੇ ਅਚਾਨਕ ਇਹ ਵੱਡੀ ਕਾਰਵਾਈ ਕੀਤੀ ਹੈ। ਦੱਸਣਯੋਗ ਆ ਕੁਝ ਦਿਨ ਪਹਿਲਾਂ ਵੀ ਇਹਨਾਂ ਨੂੰ ਹਟਾਉਣ ਦੇ ਲਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਧਰਨੇ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ। ਪਰ ਦੇਰ ਰਾਤ ਇਹ ਸਾਰੀ ਕਾਰਵਾਈ ਚੁੱਪ ਚਪੀਤੇ ਨੇਪਰੇ ਚਾੜ ਦਿੱਤੀ ਗਈ ਹੈ। ਦੇਖੋ ਜੀ, ਕੱਲ ਰਾਤ ਕਾਰਪੋਰੇਸ਼ਨ ਵੱਲੋਂ ਭਾਰੀ ਪੁਲਿਸ ਫੋਰਸ ਲੈ ਕੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਜਿਹੜੇ ਪ੍ਰਸ਼ਾਦ ਦੀਆਂ ਦੁਕਾਨਾਂ ਲਗਾਉਂਦੇ ਸੀ ਕੁਛ ਸਾਡੇ ਗਰੀਬ ਤਬਕੇ ਦੇ ਲੋਕ, ਉਹਨਾਂ ਦੀਆਂ ਸਾਰੀਆਂ ਜਿੰਨੀਆਂ ਵੀ ਦੁਕਾਨਾਂ ਹੈਗੀਆਂ ਰਾਤ ਕਾਰਪੋਰੇਸ਼ਨ ਜਿਹੜੀ ਹੈ ਚੱਕ ਕੇ ਲੈ ਗਏ ਨੇ। ਅਤੇ ਸਰ ਹੁਣ ਕਿੱਦਾਂ ਦੀ ਕਰਵਾਈ, ਕਿੱਦਾਂ ਕਿ ਤੁਹਾਡੇ ਵੱਲੋਂ ਦਰਖਾਸਤ ਸੀ ਜਾਂ ਕਿ ਉੱਦਾਂ ਹੀ? ਨਹੀਂ ਨਹੀਂ, ਦਰਖਾਸਤ ਤਾਂ ਕਿਸੇ ਵੱਲੋਂ ਸੀ, ਕੋਈ ਮੰਦਰ ਦੇ ਸੁੰਦਰਿਆਕਰਨ ਨੂੰ ਲੈ ਕੇ ਕੋਈ ਸਕੀਮ ਇਹਨਾਂ ਨੇ ਬਣਾਈ ਹੈ ਜਿਹਦੇ ਵਿੱਚ ਇਹ ਰੇਹੜੀਆਂ ਸਾਫ਼ ਕਰਨੀਆਂ ਬਹੁਤ ਜ਼ਰੂਰੀ ਸੀਗੀਆਂ। ਤਾਂ ਉਸ ਸੰਬੰਧ ਵਿੱਚ ਮੇਰੀ ਸਵੇਰੇ ਕੋਹਲੀ ਸਾਹਿਬ ਦੇ ਨਾਲ MLA ਸਾਹਿਬ ਦੇ ਨਾਲ ਗੱਲ ਹੋਈ ਹੈ। ਤਾਂ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਜਦੋਂ ਵੀ ਮੈਂ ਪਟਿਆਲੇ ਆਊਂਗਾ, ਜੋ ਚੰਡੀਗੜ੍ਹ ਨੇ ਜਦ ਵੀ ਆਉਣਗੇ ਪਟਿਆਲੇ, ਉਹਨਾਂ ਕੋਲ ਬੈਠ ਕੇ ਸਮੱਸਿਆ ਦਾ ਇਹਨਾਂ ਦਾ ਜਿਹੜਾ ਹੈ ਸਰਵਮਾਨਿਆ ਹੱਲ ਕੱਢਿਆ ਜਾਊਗਾ, ਤਾਂ ਕਿ ਇਹ ਜਿਹੜੇ ਰੇਹੜੀਆਂ ਵਾਲੇ ਇਹ ਵੀ ਬੇਰੁਜ਼ਗਾਰ ਨਾ ਹੋ ਸਕਣ ਔਰ ਇਹਨਾਂ ਦਾ ਜਿਹੜਾ ਆਪਣਾ ਮੰਦਿਰ ਦਾ ਸੁੰਦਰਿਆਕਰਨ ਦਾ ਕੰਮ ਵੀ ਨਾ ਰੁਕ ਸਕੇ। ਕੀ ਜਗ੍ਹਾ ਦਿੱਤੀ ਜਾਏਗੀ ਇਹਨਾਂ ਨੂੰ ਨਗਰ ਨਿਗਮ ਵੱਲੋਂ? ਬਿਲਕੁਲ, ਅਸੀਂ ਮੰਗ ਕਰਾਂਗੇ ਕੋਹਲੀ ਸਾਹਿਬ ਨੂੰ, ਪ੍ਰਸ਼ਾਸਨ ਨੂੰ ਮੰਗ ਕਰਾਂਗੇ ਵੀ ਇਹਨਾਂ ਨੂੰ ਜਿਹੜਾ ਪਰਿਵਾਰ ਹੈ ਇਹਨਾਂ ਨੇ ਹੀ ਵੋਟਾਂ ਪਾ ਕੇ ਸਰਕਾਰ ਬਣਾਈ ਹੈ। ਇਹ ਵੋਟ ਬੈਂਕ ਹੈ, ਇੱਕ ਬਹੁਤ ਵੱਡਾ ਸਰਕਾਰ ਦੇ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ। ਤਾਂ ਇਹਨਾਂ ਨੂੰ ਵੀ ਰੁਜ਼ਗਾਰ ਦੇ ਤੌਰ 'ਤੇ ਇਹਨਾਂ ਨੂੰ ਕਿਤੇ ਹੋਰ ਜਗ੍ਹਾ ਜਿਹੜੇ ਹੈ ਸ਼ਿਫਟ ਕੀਤਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਹੈ ਰੁਜ਼ਗਾਰ ਚੱਲਦਾ ਰਹੇ। ਟੋਟਲ ਕਿੰਨੀਆਂ ਦੁਕਾਨਾਂ ਦੇ ਉੱਤੇ ਕਾਰਵਾਈ ਹੋਈ ਹੈ? ਕਰੀਬ 50-60 ਦੇ ਕਰੀਬ ਦੁਕਾਨਦਾਰ ਸੀ, 50-60 ਦੇ ਕਰੀਬ ਪਰਿਵਾਰ ਜਿਹੜੇ ਹੈ ਉਹ ਬੇਰੁਜ਼ਗਾਰ ਹੋਏ ਨੇ। ਸਵੇਰੇ ਧਰਨੇ 'ਤੇ ਬੈਠੇ ਸੀ, ਉਹਨਾਂ ਨੂੰ ਆਸ਼ਵਾਸਨ ਦਿੱਤਾ ਕੋਹਲੀ ਸਾਹਿਬ ਨਾਲ ਗੱਲ ਹੋਣ ਤੋਂ ਬਾਅਦ, ਉਹਨਾਂ ਨੂੰ ਆਸ਼ਵਾਸਨ ਦਿੱਤਾ। ਹੁਣ ਜਦ ਵੀ ਕੋਹਲੀ ਸਾਹਿਬ ਟਾਈਮ ਦੇਣਗੇ, ਬਿਲਕੁਲ ਸੈਸ਼ਨ ਦੇ ਵਿੱਚ ਹੈ ਹੁਣ ਉਹ, ਤਾਂ ਜਦ ਵੀ ਉਹਨਾਂ ਦੇ ਨਾਲ ਗੱਲ ਹੋਏਗੀ ਤਾਂ ਬੈਠ ਕੇ ਆਪਾਂ ਇਹਦੇ ਸਮੱਸਿਆ ਦਾ ਹੱਲ। ਰਣਨੀਤੀ ਦਾ ਕੋਈ ਫਲ ਉਹ ਮਿਲਿਆ, ਕਿਆ ਸਿੱਟਾ ਨਾ ਮਿਲਿਆ, ਤਾਂ ਕੀ ਰਣਨੀਤੀ ਰਹੇਗੀ ਅੱਗੇ ਦੀ? ਬਾਕੀ ਦੇਖਾਂਗੇ ਜਿਸ ਤਰ੍ਹਾਂ ਇਹਨਾਂ ਦੀ ਐਸੋਸੀਏਸ਼ਨ ਬਣੀ ਵੀ ਹੈ, ਜਿਸ ਤਰ੍ਹਾਂ ਇਹ ਫੈਸਲਾ ਕਰਾਂਗੇ। ਉਮੀਦ ਹੈ ਪਰ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਆਏਗੀ। ਕੋਹਲੀ ਸਾਹਿਬ ਬਹੁਤ ਸਮਝਦਾਰ MLA ਸਾਡੇ, ਜ਼ਰੂਰ ਇਹਦਾ ਹੱਲ ਕੱਢਣਗੇ। ਸਾਡੇ ਵੱਲੋਂ ਵੀ ਰਿਕੁਐਸਟ ਹੈ ਹਿੰਦੂ ਸੁਰੱਖਿਆ ਸਮਿਤੀ ਹਿੰਦੂ ਤਖਤ ਵੱਲੋਂ ਕਿ ਇਹਨਾਂ ਦਾ ਜਿਹੜੇ ਰੁਜ਼ਗਾਰ ਬਿਲਕੁਲ ਖੋਏ ਨਾ ਜਾਣ, ਕਿਉਂਕਿ ਮੰਦਰ ਦੀ ਜਿਹੜਾ ਰੌਣਕ ਦੁਕਾਨਾਂ ਦੇ ਨਾਲ ਹੀ ਹੁੰਦੀ ਹੈ। ਤਾਂ ਇਹ ਦੁਕਾਨਾਂ ਜਿਹੜੀਆਂ ਹੈ ਕਿਤੇ ਨਾ ਕਿਤੇ ਜਿੱਥੇ ਵੀ ਸਰਕਾਰ ਨੂੰ ਵੀ ਕੋਈ ਔਕੜ ਨਾ ਆਵੇ ਔਰ ਇਹਨਾਂ ਨੂੰ ਵੀ ਕੋਈ ਔਕੜ ਨਾ ਆਵੇ, ਇਹਨਾਂ ਦਾ ਰੁਜ਼ਗਾਰ ਵੀ ਚੱਲਦਾ ਰਹੇ, ਤਾਂ ਇਸ ਤਰ੍ਹਾਂ ਦਾ ਕੋਈ ਹੱਲ ਸਰਵਮਾਨਿਆ ਹੱਲ ਬੈਠ ਕੇ ਕੱਢਾਂਗੇ।